Oh,
खड़के ओले ए तू बा मेरे नाल विच बोले तू सुन दी नहीं खड़के ओले नगर ओस नाल का दी लड़के तू गूंबे वाले ते मर गई नगर ओस नाल का दी लड़के तू गूंबे वाले ते मर गई ए तू मेरे कमरे सिटी चमके बलिर कान बड़े है तुम्बा Yeah.
लाल जी और साढ़े हरकीर सिंह जी, इन्होंने साडा बहुत ज़्यादा साथ दिता। जब कि पहले मैंने थोड़ा लगता कि असं तुर पे हाँ कि शायद हो सकता या नहीं हो सकता, पर स्पैशली मैं हरकीरत मान जी का बहुत बहुत धन्यवाद करती हाँ कि उन्होंने मैनू हर हर गल छोटी छोटी पूछ के कितने कुछ लगता, उन्होंने मेरा बहुत ज़्यादा साथ दिता। मैं उन्होंने बहुत बार बार धन्यवाद कर रही हूँ, मैं करती हूँ अगे। सो नैक्सट हाले सॉन्ग है मीनाक्षी मान, यासमीन, दिया मान, भावना। तू हरे रंग दी ले, तू हरे रंग दी ले, कलो
ਕਮਾਲ ਹੈ ਬਵਾਲ ਹੈ ਬਵਾਲ ਹੈ ਕਸ਼ਮੀਰੀ ਸੇਬ ਹੈ ਤੂੰ ਮੱਚ ਲਾਲ ਹੈ ਉਹ ਪਰੀਆਂ ਦੇ ਨਾਲ ਦੀ ਸੱਪਣੀ ਦੀ ਚਾਲਦੀ ਹੋਰ ਕੀ ਤੂੰ ਪਹਾੜਦੀ ਜੇ ਚਾਨੀ ਤੇਰੇ ਨਾਲ ਉਹ ਕੋਈ ਲਿਖਦਾ ਤੇਰੀ ਜ਼ੁਲਫਾਂ ਤੇ ਕੋਈ ਤੇਰੇ ਬੁੱਲਾਂ ਉੱਤੇ ਲਿਖਦਾ ਹੁਣ ਸਾਰੇ ਕਰਦੀਆਂ ਨੇ ਸਰਦਾਰੀ ਓ ਲੋਕਾਂ
ਦਾ ਮੈਨੂੰ 1000 ਰੁਪਇਆ ਭੇਜਿਆ ਉਹਨਾਂ ਲਈ ਜ਼ੋਰਦਾਰ ਤਾੜੀਆਂ ਸਾਰਿਆਂ ਨੂੰ ਸੋ ਨੈਕਸਟ ਦੀਆ ਪੇਸ਼ ਕਰ ਰਹੀ ਆ ਜੋ ਸਰਦੀਆਂ ਤੇ ਨਾਲ ਫੋਟੋਆਂ ਕਰਾਉਣ ਜੋ ਤਿਉਹਾਰ ਆ ਉਹਨੂੰ ਮਨਾਉਣ
ਸਦੀਆਂ ਕਿਉਂ ਸ਼ੁਰੂ ਹੋਈਆਂ ਤੇ ਕਿਉਂ ਇਹ ਸੈਲੀਬ੍ਰੇਟ ਕੀਤੀਆਂ ਜਾਂਦੀਆਂ। ਵੈਸੇ ਜਿਹੜਾ ਤੀਆਂ ਦਾ ਤਿਉਹਾਰ ਆ ਅੱਜ ਕੱਲ੍ਹ ਸਕੂਲਾਂ ਕਾਲਜਾਂ ਦੀ ਸ਼ਾਨ ਬਣ ਕੇ ਰਹਿ ਚੁੱਕਿਆ, ਕਿਉਂਕਿ ਸਾਡੇ ਸਟੂਡੈਂਟਸ ਨੂੰ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਸਾਡਾ ਸੱਭਿਆਚਾਰ ਕੀ ਆ, ਸਾਡਾ ਵਿਰਸਾ ਕੀ ਆ। ਸੋ ਕਹਿੰਦੇ ਇਕੱਠੀਆਂ ਹੋ ਕੇ ਆਈਆਂ ਅੱਜ ਨਣਦਾਂ ਤੇ ਭਰਜਾਈਆਂ, ਤਾਏ ਚਾਚੇ ਵੀ ਸਾਰੇ ਆ ਗਏ ਨਾਲੇ ਆਈਆਂ ਚਾਚੀਆਂ ਤਾਈਆਂ, ਮੁੰਡੇ ਪੱਗਾਂ ਬੰਨ੍ਹ ਕੇ ਆ ਗਏ ਨਾਲੇ ਮੁੱਛਾਂ ਖੁੰਡੀਆਂ ਕਰਾਈਆਂ, ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਅੱਜ ਬੰਨ ਬੰਦਾਰਾਂ ਆਈਆਂ। ਗੀਤ ਸੰਗੀਤ ਦੀ ਮਹਿਫਲ ਲੱਗੀ ਮਿਹਰ ਕਰੀ ਮੇਰੇ ਸਾਈਆਂ, ਵਿੱਚ ਰੱਕੜਾਂ ਦੇ ਤੀਆਂ ਨੇ ਰੌਣਕਾਂ ਲਾਈਆਂ, ਅੱਜ ਵਿੱਚ ਰੱਕੜਾਂ ਦੇ ਤੀਆਂ ਨੇ ਰੌਣਕਾਂ ਲਾਈਆਂ। ਸੋ ਤੀਆਂ ਦਾ ਤਿਉਹਾਰ, ਸਾਉਣ ਦਾ ਮਹੀਨਾ, ਖੀਰ ਪੂੜੀਆਂ ਦੀ ਮਹਿਰ। ਕਹਿੰਦੇ ਕਿ ਤੀਆਂ ਜਦੋਂ ਵੀ ਸਾਉਣ ਦਾ ਮਹੀਨਾ ਹੁੰਦਾ ਪਹਿਲਾਂ ਤੀਆਂ ਤੋਰੀਆਂ ਜਾਂਦੀਆਂ, ਸਭ ਤੋਂ ਪਹਿਲਾਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ। ਸਾਉਣ ਦੇ ਮਹੀਨੇ ਵੀਰ ਆਪਣੀ ਭੈਣ ਨੂੰ ਸਹੁਰਿਆਂ ਕੋਲ ਲਿਜਾਣ ਲਈ, ਲੈ ਕੇ ਜਾਣ ਲਈ ਜਦੋਂ ਜਾਂਦਾ ਆ, ਤਾਂ ਕਿਉਂਕਿ ਜਿਹੜੀ ਭੈਣ ਆ ਉਹ ਹਮੇਸ਼ਾ ਤਾਨਾ ਮਾਰਦੀ ਹੈ ਕਿ ਤੁਸੀਂ ਮੈਨੂੰ ਲੈਣ ਨਹੀਂ ਆਏ, ਕਿਉਂਕਿ ਜਿਹਦੇ ਪੇਕੇ ਸਹੁਰੇ ਘਰ ਕੁੜੀ ਨੂੰ ਲੈਣ ਨਹੀਂ ਜਾਂਦੇ, ਉਹਨਾਂ ਸਮਿਆਂ ਦੀ ਗੱਲ ਕਰਦੇ ਪੁਰਾਣੇ ਟਾਂਗੀ, ਕਿ ਉਹਦੀ ਸੱਸ ਵੀ ਉਹਨਾਂ ਨੂੰ ਤਾਨਾ ਮਾਰਦੀ ਸੀ ਕਿ ਤੇਰੇ ਪੇਕੇ ਘਰ ਵਾਲੇ ਤੈਨੂੰ ਲੈਣ ਨਹੀਂ ਆਏ। ਸੋ ਵੀਰ ਆਪਣੀ ਭੈਣ ਦੇ ਲਈ ਸੰਧਾਰਾ ਵੀ ਲੈ ਕੇ ਜਾਂਦਾ ਆ, ਅਤੇ ਉਹਨੂੰ ਲਿਜਾਣ ਲਈ ਜਦੋਂ ਜਾਂਦਾ ਆ ਤਾਂ ਇਹ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਪਤਾ ਹੁੰਦਾ ਸੀ, ਉਹਨਾਂ ਸਮਿਆਂ ਦੇ ਵਿੱਚ ਕੁੜੀਆਂ ਲਈ ਬਹੁਤ ਜ਼ਿਆਦਾ ਸਖਤੀ ਸੀ, ਘਰਾਂ 'ਚੋਂ ਬਾਹਰ ਨਹੀਂ ਸੀ ਨਿਕਲ ਦਿੱਤਾ ਜਾਂਦਾ, ਪਰ ਫਿਰ ਵੀ ਪੇਰੈਂਟਸ ਨੂੰ ਪਤਾ ਸੀ ਕਿ ਅਸੀਂ ਆਪਣੀਆਂ ਬੱਚੀਆਂ ਨੂੰ, ਅਸੀਂ ਧੀਆਂ ਨੂੰ ਇਹਨਾਂ ਦਾ ਐਂਟਰਟੇਨ ਕਿੱਦਾਂ ਕਰਨਾ, ਇਹਨਾਂ ਦਾ ਮਨੋਰੰਜਨ ਕਿੱਦਾਂ ਕਰਨਾ। ਸੋ ਪੀਂਘ ਪਾਈ ਜਾਂਦੀ ਸੀ ਪੇਕੇ ਘਰ ਦੇ ਵਿੱਚੋਂ, ਜਿਹੜੀ ਪੀਂਘ ਦੇ ਲਈ ਜਿਹੜਾ ਰੱਸਾ ਬਣਾਇਆ ਜਾਂਦਾ ਸੀ ਉਹ ਕੁੜੀ ਦਾ ਭਰਾ ਹੀ ਵੱਟਦਾ ਹੁੰਦਾ ਸੀ, ਆਪਣੇ ਹੱਥ ਨਾਲ ਬਣਾਉਂਦਾ ਸੀ ਜਾਂ ਫਿਰ ਕੁੜੀ ਦਾ ਫਾਦਰ ਬਣਾਉਂਦਾ ਸੀ। ਸੋ ਜਦੋਂ ਪੀਂਘ ਪਾਈ ਜਾਂਦੀ ਸੀ ਜਾਂ ਪਿੱਪਲ ਜਾਂ ਫਿਰ ਬਰੋਟੇ, ਬਰੋਟੇ ਅਤੇ ਪਿੱਪਲ ਦਾ ਕੋਈ ਆਪਸ ਵਿੱਚ ਰਿਸ਼ਤਾ ਤਾਂ ਜ਼ਿਆਦਾ ਨਹੀਂ ਹੈ ਕਿਉਂਕਿ ਬਰੋਟੇ 'ਤੇ ਪੀਂਘ ਨਹੀਂ ਪਾਈ ਜਾਂਦੀ, ਬਟ ਜੇ ਅਵੇਲੇਬਿਲਿਟੀ ਨਾ ਵੀ ਹੋਵੇ ਫਿਰ ਪਾਣੀ ਪਵੇ ਤਾਂ ਪਹਿਲਾਂ ਉੱਥੇ ਪੂਜਾ ਕੀਤੀ ਜਾਂਦੀ ਸੀ। ਉੱਥੇ ਸਭ ਤੋਂ ਪਹਿਲਾਂ ਦੀਵਾ ਕੀਤਾ ਜਾਂਦਾ ਸੀ, ਗੋਗਲੇ ਬਣਾਏ ਜਾਂਦੇ ਸੀ, ਸਤਨਾਜਾ ਚੜ੍ਹਾਇਆ ਜਾਂਦਾ ਸੀ, ਉਹ ਚੱਲਦੇ ਪਾਣੀ ਵਿੱਚ ਵੀ ਉਹਨੂੰ ਤਾਰ ਕੇ ਆਉਂਦੇ ਸੀ, ਉਹ ਤੋਂ ਬਾਅਦ ਪੀਂਘ ਪਾਈ ਜਾਂਦੀ ਸੀ, ਕਿਉਂਕਿ ਇੱਕ ਤਾਂ ਇੱਕ ਕਿਸਮ ਦੀ ਅਰਦਾਸ ਸੀ ਕਿ ਜਦੋਂ ਕੁੜੀਆਂ ਨੇ ਪੀਂਘ ਝੁੱਟਣੀ ਆ ਉਸ ਟਾਈਮ 'ਤੇ ਉਹਨਾਂ ਦੇ ਕੋਈ ਉੱਨੀ ਕੀ ਗੱਲ ਨਾ ਹੋ ਜਾਵੇ, ਕੋਈ ਸੱਟ ਪੇਟ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਪੂਜਾ ਕੀਤੀ ਜਾਂਦੀ ਸੀ, ਪਰਮਿਸ਼ਨ ਲਈ ਜਾਂਦੀ ਸੀ ਇੱਕ ਤਰ੍ਹਾਂ। ਉਸ ਤੋਂ ਬਾਅਦ ਫਿਰ ਜਿਹੜਾ ਆ ਉਹ ਪੀਂਘ ਦਾ ਭੁਜਾਰਾ ਲੈਂਦੀਆਂ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਦੁੱਧ ਮੱਖਣਾ ਨਾਲ ਪਲੇ ਹੋਏ ਸਰੀਰ ਹੁੰਦੇ ਸੀ, ਪੀਂਘ ਦਾ ਭੁਜਾਰਾ ਵੀ ਬਹੁਤ ਜ਼ੋਰ ਨਾਲ ਲੈਂਦੀਆਂ ਸੀ, ਅਤੇ ਜਦੋਂ ਗਿੱਧਾ ਪਾਉਂਦੀਆਂ ਸੀ ਅਤੇ ਗਿੱਧੇ ਪਾਉਣ ਦੇ ਟਾਈਮ ਜਿਹੜੀ ਅੱਡੀ ਦੀ ਆਵਾਜ਼ ਸੀ ਉਹ ਕੋਹਾਂ ਦੂਰ ਤੱਕ ਧਮਕ ਪੈਂਦੀ ਹੁੰਦੀ ਸੀ। ਅੱਜ ਕੱਲ੍ਹ ਸਾਨੂੰ ਪਾਰਟੀਸਪੈਂਟਸ ਨਹੀਂ ਮਿਲਦੇ ਗਿੱਧੇ ਦੇ ਲਈ, ਗਿੱਧੇ ਲਈ ਕੁੜੀਆਂ ਹੀ ਨਹੀਂ ਤਿਆਰ ਹੁੰਦੀਆਂ, ਕਿਉਂਕਿ ਵੈਸਟਰਨਾਈਜੇਸ਼ਨ ਜ਼ਿਆਦਾ ਆ ਗਿਆ ਆ। ਸੋ ਇਹ ਜਿਹੜਾ ਗਿੱਧਾ ਕਿੱਥੋਂ ਸ਼ੁਰੂ ਹੋਇਆ, ਗਿੱਧਾ ਜਿਹੜਾ ਆ ਉਹਦਾ ਮਤਲਬ ਹੈ ਸਭ ਤੋਂ ਪਹਿਲਾਂ ਬੋਲ, ਦੂਸਰੇ ਨੰਬਰ 'ਤੇ ਤਾਲ, ਤੀਸਰੇ ਨੰਬਰ 'ਤੇ ਹੈਗੀ ਜਿਹੜੀ ਤਾੜੀ ਆ, ਜਿਹੜਾ ਬੋਲ ਆ ਉਹ ਚੁੱਕਿਆ ਜਾਂਦਾ ਆ। ਗਿੱਧੇ ਤੋਂ ਪਹਿਲਾਂ ਜਿਹੜੀਆਂ ਬੋਲੀਆਂ ਆ ਇਹ ਔਰਤਾਂ ਜਿਹੜੀਆਂ ਉਹਨਾਂ ਦੇ ਮਨੋਭਾਵ ਦੀ ਦਸ਼ਾ ਆ ਜਿਹੜੀ ਉਹ ਬਿਆਨ ਕਰਦੀਆਂ ਆ, ਕਿ ਜਿਹੜੀ ਔਰਤ ਆ ਬੋਲੀਆਂ ਐਵੇਂ ਨਹੀਂ ਬਣੀਆਂ, ਜੋ ਵੀ ਅਸੀਂ ਅੱਜ ਗਾਉਂਦੇ ਹਾਂ ਸੱਸ 'ਤੇ, ਜੇਠ 'ਤੇ, ਦਰਾਣੀ 'ਤੇ, ਜਠਾਣੀ 'ਤੇ, ਸਹੁਰੇ 'ਤੇ, ਸੋ ਮੈਨੂੰ ਮਤਲਬ ਜੋ ਵੀ ਹੈਗਾ ਆ ਉਹ ਜਿਹੜੀ ਔਰਤ ਆ ਉਹਦੀਆਂ ਫੀਲਿੰਗਸ ਆ, ਉਹਦੀਆਂ ਫੀਲਿੰਗਸ ਨੂੰ ਐਕਸਪਲੇਨ ਉਹ ਕਰਦੀਆਂ ਆਪਣੀਆਂ ਫੀਲਿੰਗਸ। ਜਿਵੇਂ ਉਸ ਸੱਥ ਦੇ ਵਿੱਚ ਜਿੱਥੇ ਪੀਂਘ ਪਾਈ ਜਾਂਦੀ ਸੀ ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸੀ, ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਤੇ ਉਹ ਆਪਣੇ ਇੱਕ ਦੂਸਰੀ ਨੂੰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਿੱਧੇ ਨਹੀਂ ਇੱਕ ਦੂਸਰੇ ਨਾਲ ਕੰਪਲੇਨ ਕਰ ਸਕਦੇ, ਫੋਨ ਤਾਂ ਹੈ ਹੀ ਨਹੀਂ ਸੀ ਹੁੰਦੇ, ਸੋ ਉਹਨਾਂ ਦੇ ਪਿੰਡ ਦੇ ਵਿੱਚ ਆਪਣੀ ਗੱਲ ਜਿਹੜੀ ਉਹ ਕਹਿੰਦੀਆਂ ਹੁੰਦੀਆਂ ਸੀ, ਤਰਿੰਜਣ ਲੈ ਕੇ ਜਾਂਦੀਆਂ ਹੁੰਦੀਆਂ ਸੀ, ਕੱਤਦੀਆਂ ਹੁੰਦੀਆਂ ਸੀ ਕਿ ਸੀ ਤਾਂ ਉਹਦਾ ਉਹ ਨੂੰਹਾਂ ਉਹ ਆਉਂਦੀਆਂ ਸੀ ਜਿਹਦਾ ਪਤੀ ਫੌਜ 'ਚ ਸੀ, ਪ੍ਰਦੇਸ਼ਾਂ ਦੇ ਵਿੱਚ ਸੀ, ਸੋ ਉਹਨਾਂ ਦਾ ਗਲਾ ਭਰਿਆ ਹੁੰਦਾ ਸੀ, ਸੱਸ ਸਹੁਰੇ ਦੇ ਸਾਹਮਣੇ ਉਹ ਆਪਣੇ ਦਿਲ ਦੇ ਭਾਵ ਆ ਉਹ ਜਿਹੜੇ ਰੱਖ ਨਹੀਂ ਸੀ ਸਕਦੀਆਂ। ਸੋ ਉਸ ਟਾਈਮ 'ਤੇ ਇੱਕ ਜਿਹੜੀ ਨੂੰਹ ਆ ਉਹਦੇ ਮਨ 'ਤੇ ਜਿਹੜੀ ਫੀਲਿੰਗ ਸੀ ਉਹ ਕੀ ਕਹਿੰਦੀ ਆ, ਸਹੁਰੇ ਦੇ ਵਿਹੜੇ ਵਿੱਚ ਨਿੰਮ ਦੀ ਛਾਏ ਨਰਮੇ ਦਾ ਸੂਤ ਕਦਨੀਆਂ, ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ ਉਸੇ ਨੂੰ ਯਾਦ ਕਰਨੀਆਂ, ਮੈਂ ਉਸੇ ਨੂੰ ਯਾਦ ਕਰਨੀਆਂ,
ਦਿਖਾਇਆ ਬੜੀ ਔਖੀ ਆ ਤੇ ਆਪਣੀਆਂ ਫੀਲਿੰਗ ਕਿਹਾ ਉਹ ਜਿਹੜੀਆਂ ਦੱਸਦੀ ਆ ਸੋ ਇਹ ਸੀ ਪੁਰਾਣੇ ਟਾਈਮ ਦੀ ਗੱਲ ਬਟ ਅੱਜ ਦਾ ਜਿਹੜਾ ਸਮਾਂ ਆ ਇੱਥੇ ਪਿਆਰ ਮੁਹੱਬਤ ਰਿਸ਼ਤੇ ਨਾਤੇ ਕਿਸੇ ਚੀਜ਼ ਦੀ ਕੋਈ ਰਿਸਪੈਕਟ ਨਹੀਂ ਰਹਿ ਗਈ ਸੋ ਸਾਡੀ ਰਿਸਪੋਂਸੀਬਿਲਿਟੀ ਬਣਦੀ ਆ ਕਿ ਅਸੀਂ ਟਾਈਮ ਟੂ ਟਾਈਮ ਇੱਦਾਂ ਦਾ ਮਨੋਰੰਜਨ ਇੱਦਾਂ ਦਾ ਪ੍ਰੋਗਰਾਮ ਉਲੀਕਦੇ ਰਹੀਏ ਜਿਹਦੇ ਕਰਕੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਸਾਡੇ ਕਲਚਰ ਦੇ ਬਾਰੇ ਪਤਾ ਲੱਗੇ ਤੇ ਉਹਨਾਂ ਨੇ ਸਾਡੇ ਕਲਚਰ ਨੂੰ ਸਾਡੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣਾ ਕਹਿੰਦੇ ਕਿਤੇ ਮੁੱਕ ਨਾ ਜਾਏ ਤੀਆਂ ਤੇ ਸੰਧਾਰਿਆਂ ਦੀ ਗੱਲ ਕਿਤੇ ਮੁੱਕ ਨਾ ਜਾਏ ਬਾਤਾਂ ਤੇ ਹੁੰਗਾਰਿਆਂ ਦੀ ਗੱਲ ਇੱਥੋਂ ਧੀਆਂ ਤੇ ਧਿਆਣੀਆਂ ਦਾ ਮੋਹ ਵੀ ਨਾ ਛੁੱਟੇ ਇੱਥੋਂ ਚਾਟੀ ਤੇ ਮਧਾਣੀਆਂ ਦਾ ਸਾਥ ਵੀ ਨਾ ਛੁੱਟੇ ਮਾਵਾਂ ਮਾਸੀਆਂ ਤੇ ਚਾਚੀਆਂ ਦੀ ਸ਼ਾਨ ਸਿਰ ਹੋਵੇ ਕੋਈ ਟੁੱਕਰ ਮਸੂਮਾਂ ਦੇ ਨਾ ਹੱਥਾਂ ਵਿੱਚੋਂ ਖੋਵੇ ਕਿਤੇ ਅੱਜ ਦਾ ਮਸ਼ੀਨੀ ਯੁੱਗ ਜ਼ਿੰਦਗੀ ਨਾ ਰੋਲੇ ਤੁਹਾਨੂੰ ਅੱਜ ਦੇ ਜਹਾਨ ਦੀ ਅਖਾਣ ਮੈਂ ਸੁਣਾਵਾਂ ਤਾਂ ਕਿ ਟੁੱਟ ਗਏ ਨੇ ਪਿਆਰ ਤੇ ਮੁਹੱਬਤ ਦੇ ਇੱਥੋਂ ਇੱਥੇ ਤੇਰਾ ਮੇਰਾ ਹੈ ਨੀ ਕੁਛ ਅਸੀਂ ਸਦਾ ਨਹੀਂ ਹੋ ਰਹਿਣਾ ਗੁਰਾਂ ਦਿੱਤੀ ਗੁਰਬਾਨੀ ਤਾਜ ਸਿਰ ਤੇ ਸਜਾਇਆ ਰਹਿਣਾ ਖੁਸ਼ ਹੀ ਸਦਾ ਉਹਨਾਂ ਇਹੋ ਫਰਮਾਇਆ ਸੋ ਜੋ ਗੁਰੂ ਜੀ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਇਸੇ ਕਰਕੇ ਦਿੱਤੀਆਂ ਕਿ ਸਾਡਾ ਜਿਹੜਾ ਪੰਜਾਬ ਆ ਉਹ ਹੱਸਦਾ ਵੱਸਦਾ ਰਹੇ ਪਰ ਸਾਡਾ ਪੰਜਾਬ ਆ ਜਿਹੜਾ ਉਹ ਹੱਸਦਾ ਵੱਸਦਾ ਨਹੀਂ ਕਿਉਂਕਿ ਸਾਨੂੰ ਨੌਲੇਜ ਹੀ ਨਹੀਂ ਹੈ ਕਿਸੇ ਚੀਜ਼ ਦੀ ਸਾਨੂੰ ਆਪਣੇ ਸੱਭਿਆਚਾਰ ਦੇ ਬਾਰੇ ਨਹੀਂ ਪਤਾ ਠੀਕ ਆ ਸੋ ਅੱਗੇ ਦਾ ਗੱਲਾਂ ਮੇਰੇ ਤੋਂ ਮੈਂ ਬਹੁਤ ਹੀ ਆ ਸੋ ਟਾਈਮ ਟੂ ਟਾਈਮ ਅਸੀਂ ਗੱਲਾਂ ਕਰਦੇ ਰਹਾਂਗੇ ਨਾਲ ਨਾਲ ਤੁਹਾਨੂੰ ਜਿਹੜਾ ਆ ਪ੍ਰੋਗਰਾਮ ਆ ਉਹ ਦੇਖਣ ਦਾ ਮੌਕਾ ਦਿੱਤਾ ਜਾਏਗਾ ਜਦੋਂ ਵੀ ਸਾਡੇ ਸਟੂਡੈਂਟ ਆ ਸਾਡੇ ਬੱਚੇ ਆ ਉਹ ਪਰਫਾਰਮ ਕਰਦੇ ਆ ਇੱਕ ਵਾਰ ਕਲੈਪਿੰਗ ਜ਼ਰੂਰ ਕਰਦੇ ਆਗਾ ਕਿਉਂਕਿ ਪਾਰਟੀਸਪੇਸ਼ਨ ਦੇ ਲਈ ਜਿਹੜੇ ਪਾਰਟੀਸਪੈਂਟਸ ਆ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਕਲੈਪਿੰਗ ਜਿਹੜੀ ਬਹੁਤ ਜ਼ਰੂਰੀ ਹੈ ਬੱਚੇ ਖੁਸ਼ ਹੋ ਜਾਂਦੇ ਆ ਕਿ ਅਸੀਂ ਵਧੀਆ ਕੀਤਾ ਆ ਹਾਂਜੀ ਹੁਣ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨ ਜਾ ਰਹੇ ਹਾਂ ਫੈਸ਼ਨ ਸ਼ੋਅ ਜਿਹੜੀਆਂ ਸਾਡੀਆਂ ਬੱਚੀਆਂ ਨੇ ਤਿਆਰ ਕੀਤਾ ਆ ਸੋ ਫੈਸ਼ਨ ਸ਼ੋਅ ਦੇ ਨਾਲ ਨਾਲ ਬੱਚਿਓ ਤੁਹਾਡੇ ਤੋਂ ਮਾਈਟ ਵੀ ਪੋਸੀਬਲ ਕਿ ਕੁਐਸਚਨ ਪੁੱਟ ਕੀਤੇ ਜਾਣ ਠੀਕ ਹੈ ਜੀ ਥੈਂਕ ਯੂ
ਥੋੜੀ ਥੋੜੀ ਕੁਐਸਚਨ ਪੁੱਟ ਕਰ ਲੈਂਦੇ ਹਾਂ ਉਹਦੇ ਰਿਗਾਰਡਿੰਗ ਜੋ ਇਹਨਾਂ ਨੇ ਗਹਿਣੇ ਪਾਏ ਹੋਏ ਆ ਜਿਹੜੀ ਚੀਜ਼ ਇਹਨਾਂ ਨੇ ਹੱਥ ਵਿੱਚ ਫੜੀ ਹੋਈ ਸੀ ਜਦੋਂ ਇਹ ਮਾਡਲਿੰਗ ਕਰ ਰਹੇ ਸੀ position perfect please
ਅੱਲਾ ਤੌਬਾ ਕਰ ਲੈਂਦਾ ਵਾ, ਘਰ ਦਾ ਪਾਣੀ ਭਰ ਲੈਂਦਾ ਵਾ,
ਰੋਲਾਂ ਨਾਲ ਥੱਕ ਹਾਰ ਕੇ ਲੰਮਾ ਪੈਣਾ ਉਂਝ ਮੈਂ ਘਰ ਵਿੱਚ ਬੈਠਾ ਹੀ ਰਹਿਣਾ। ਕਹਿੰਦਾ ਪੜ੍ਹ ਕੇ ਜਦੋਂ ਨਮਾਜ਼ ਮੈਂ ਆਵਾਂ ਪੋਤੇ ਪੋਤੀਆਂ ਉਂਗਲ ਲਾਵਾਂ ਖੇਡਣ ਵਿੱਚ ਮੈਦਾਨ ਲਿਜਾਵਾਂ। ਖੇਡ ਖੇਡ ਕੇ ਥੱਕ ਜਾਂਦੇ ਨੇ ਫਿਰ ਉਹ ਮੈਨੂੰ ਇੰਝ ਕਹਿੰਦੇ ਨੇ ਬਾਪੂ ਜੀ ਹੁਣ ਘਰ ਨੂੰ ਚੱਲੀਏ ਘਰ ਜਾ ਕੇ ਹੁਣ ਰੋਟੀ ਖਾਈ। ਬਾਪੂ ਜੀ ਦੀ ਜਿਹੜੀ ਘਰ ਵਾਲੀ ਵਾਈਫ ਉਹ ਕਹਿੰਦੀ ਕਿੱਥੇ ਗਿਆ ਸੀ ਜਾਨੋ ਦਿਲ ਦਾ ਜਿਹਨੂੰ ਭੋਰਾ ਫਿਕਰ ਨਹੀਂ ਮਿਲਦਾ ਬਿੱਲ ਦਾ ਜਦ ਮਕਾ ਕੇ ਆਉਣਾ ਰੋਟੀ ਭਾਵੇਂ ਆ ਕੇ ਖਾਣਾ। ਬਿੱਲ ਦੇਣ ਚਲੇ ਗਏ ਬਿੱਲ ਦੇ ਕੇ ਜਦੋਂ ਵਾਪਸ ਆਏ ਕਹਿੰਦੇ ਵਿਹੜੇ ਵਿੱਚ ਸੀ ਮੰਜੀ ਡਿੱਠੀ ਮੰਜੇ ਦੇ ਨਾਲ ਲੱਕ ਜੁਲਾਇਆ ਪਾਸੇ ਵਾਲ ਥਕੇਵਾਂ ਲਾਇਆ ਬੁੱਢੀ ਮੇਰੀ ਲਾਗੇ ਆਈ ਬਾਂਹ ਤੋਂ ਖਿੱਚ ਮੈਂ ਕੋਲ ਬਿਠਾਈ। ਮੈਂ ਕਿਹਾ ਨਾ ਕਹਿ ਦਿੱਤਾ ਜਾਣ ਦੇ ਤੇਰੇ ਚਾਲੇ ਆ ਛਿੱਤਰ ਖਾਣ ਦੇ ਚਾਹ ਦਾ ਕੱਪ ਪਿਆ ਦੋ ਤੁਹਾਨੂੰ ਹੀ ਕਹਿੰਦਾ ਘਰ ਵਿੱਚ ਚਾਹੇ ਵਿਹਲਾ ਹੀ ਰਹਿਣਾ। ਸੋ ਘਰ ਵਿੱਚ ਇੱਦਾਂ ਜਿਹੜੇ ਬਜ਼ੁਰਗ ਆ ਉਹ ਵਿਹਲੇ ਰਹਿੰਦੇ ਆ ਤੇ ਘਰ ਦਾ ਸਾਰਾ ਕੰਮ ਵੀ ਕਰਾ ਲਿਆ ਜਾਂਦਾ ਫਿਰ ਵੀ ਅਸੀਂ ਕਹਿੰਦੇ ਤੁਸੀਂ ਕੀ ਕੰਮ ਕੀਤਾ ਵਿਹਲੇ ਸੀ ਸਵੇਰ ਦੇ ਕਲੈਪਿੰਗ ਕਰ ਜੇ ਤਾਂ ਸਮਝ ਆ ਗਈ ਸੱਭਿਆਚਾਰ ਦਾ ਪਾਰਟ ਆ ਕਿ ਅਸੀਂ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗਾਂ ਦੀ ਰਿਸਪੈਕਟ ਕਰਦੇ ਸੀ ਅੱਜ ਦਾ ਦੇ ਟਾਈਮ ਦੇ ਵਿੱਚ ਸਾਡੇ ਕੋਲ ਰਿਸਪੈਕਟ ਨਾਮ ਦੀ ਕੋਈ ਚੀਜ਼ ਹੈ ਨਹੀਂ ਖਤਮ ਹੋ ਚੁੱਕੀ।
ਵੱਖਰਾ ਪਸੰਦ ਕੁਝ ਕਰਦੇ ਆ ਰੰਗ ਰੂਪ ਦਾ ਰੱਬ ਦੀਆਂ ਦਾਤਾਂ ਨੇ ਨਹੀਂ ਅਸੀਂ ਤੇਰੇ ਮਿੱਠੜੇ ਬੋਲਾਂ ਤੇ ਮਰਦੇ ਆ ਰੰਗ ਰੂਪ ਦਾ ਰੱਬ ਦੀਆਂ ਦਾਤਾਂ ਨੇ ਅਸੀਂ ਤੇਰੇ ਮਿੱਠੜੇ ਬੋਲਾਂ ਤੇ ਮਰਦੇ ਆ ਜਿਹੜਾ ਤੀਆਂ ਆ ਤੀਆਂ ਦੇ ਵਿੱਚ ਜਿਹੜਾ ਮੇਨ ਪਾਰਟ ਆ ਮੇਨ ਚੀਜ਼ ਇੱਕ ਗਿੱਧਾ ਇੱਕ ਟੱਪੇ ਹੁੰਦੇ ਆ ਅਸੀਂ ਹੁਣ ਟੱਪੇ ਸ਼ੁਰੂ ਕਰਨੇ ਆ ਜਿਹਦੇ ਵਿੱਚ ਆਡੀਅੰਸ ਦੀ ਇਨਵੋਲਵਮੈਂਟ ਜ਼ਰੂਰੀ ਆ ਆਡੀਅੰਸ ਇਨ ਦਾ ਸੈਂਸ ਕਿ ਜਿਹੜੇ ਸਾਡੇ ਲੇਡੀਜ਼ ਰਿਸਪੈਕਟਡ ਬੈਠੀਆਂ ਆ ਉਹਨਾਂ ਨੇ ਆਪ ਟੱਪੇ ਕੋਈ ਕਿਸੇ ਕੋਲ ਵੀ ਆ ਸਕਦੀਆਂ ਤੇ ਕਿਸੇ ਨੇ ਵੀ ਕੋਈ ਵੀ ਟੱਪਾ ਕਰਾ ਕੇ ਮੈਨੂੰ ਸੁਣਾਉਣਾ ਮੈਂ ਸ਼ੁਰੂ ਕਰ ਦਿੰਦੀ ਵੀ ਤੂੰ ਕਿਹੜੀਆਂ ਰੰਗਾਂ ਦੇ ਵਿੱਚ ਕੋਈ ਵੀ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਜਿੰਨਾ ਤੁਸੀਂ ਪਾਰਟਿਸਪੇਟ ਜ਼ਿਆਦਾ ਕਰੋਗੇ ਓਨਾ ਹੀ ਤੁਹਾਨੂੰ ਜ਼ਿਆਦਾ ਮਜ਼ਾ ਆਊਗਾ ਆਹੀ ਪਾਰਟਿਸਪੈਂਟਸ ਨਹੀਂ ਹੈਗੇ ਤੁਸੀਂ ਸਾਰੇ ਪਾਰਟਿਸਪੈਂਟਸ ਹੈ ਠੀਕ ਆ ਤੁਹਾਡੇ ਕੋਲੋਂ ਸਾਨੂੰ ਜ਼ਿਆਦਾ ਨੌਲੇਜ ਮਿਲ ਸਕਦੀ ਹੈ ਹਾਂਜੀ ਗੁੜ ਥੋੜਾ ਖਾਇਆ ਕਰੋ ਨਾ 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 ਬੇਤਨ
राती तेरे पीछे मार पाई फुल वे गुलाब दिया राती तेरे पीछे मार पाई कुंडा लग गया थाली नो कुंडा लग गया थाली नो पतला पतंग माइया की मैनू भी भुल गया हूं तो यह वाला कोई होर टप्पा हाँ जी नीता मैम बहुत बहुत थैंक यू थोड़ा के बन के रख लीजिए
ਕੁੜਤੀ ਜਾਂ ਫਿਰ ਉਹਨੇ ਪੰਜੇ ਪਾਵਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਕੀ ਮੰਗਾਇਆ ਜਾਂਦਾ ਹੈ ਬਰਗਰ ਪੀਜ਼ਾ ਹੋਰ ਮੈਮ ਦੱਸੋਗੇ ਮੈਂ ਮੰਗਾ ਦੇ ਦਿੰਦੀ ਹਾਂ ਸਭੇ मेहंदी लाई जाती सी हार शिंगार मेहंदी मेहंदी हर कोई आखे मेहरी आखा मेहंदी बागां दे विच सस्ती मिलदी हट्टियां ते मिलदी मेहंदी हेठा कुंडा उत्ते छोटा चोट दोहां दी सेंदी कोट कोट में हथां ते लाई बिन तोतिया नाल लेंदी मेहंदी शगना दी बिन तोतिया नाल लेंदी मेहंदी शगना दी बिन तोतिया नाल लेंदी क्लैपिंग प्लीज। हाँ जी हुण साडी बच्ची तुहाडे सामने परफॉर्म करेगी ऑन द सॉन्ग पंजेबा। ਮੇਰੀ ਕਹਿੰਦੀ ਹੈ ਇਸੇ ਗੱਲੋਂ ਕਰਦੀ ਆ ਬਾਲਾ
नक तो नहीं गिरता उंजवे तू गले विच क्यांदी पाई फिरदा सोनिया वे गुस्सा तेरा नक तो नहीं गिरता उंजवे तू गले विच क्यांदी पाई फिरदा वे दिल बड़ा करे नादा Yeah!
कला शौक मैं पका दूं बोरी नी तेरा कला कला शौक मैं पका दूं बोरी Thank you.
Bye.
Oh,
बिना जचती नी गली रात कौन बोल जदों नाल तेरे चली देखी वखरा यारा नजारा गल्लां नाल होणा नी गुजारा लै दे मैनू सोहणिया शरारा लगदा ऐ मैनू बड़ा प्यारा लै दे मैनू सोहणिया शरारा मिसमियां ओ जदों कोई सखड़ी देंदियां मिसमियां चूड़ियां बगैर कन्ना गोल गोल पा चूड़ियां बगैर कन्ना गोल गोल पा तेरी इंद्रैन रावरी कमालिया We're gonna make it.
ਚੰਗਾ ਲੱਗਦਾ ਜੇ ਆਪ ਖਾਈ ਤਾਂ